ਆਪ ਦੇ ਲੀਡਰ ਅਰਵਿੰਦ ਕੇਜਰੀਵਾਲ ਬਤੌਰ ਦਿੱਲੀ ਦੇ ਮੁੱਖ ਮੰਤਰੀ ਸ਼ਫਤ ਲੈਣ ਚ ਉਹਨਾਂ ਨੂੰ ਹਾਲੀ 2 ਦਿਨ ਬਾਕੀ ਆ ਪਰ ਉਹਨਾਂ ਦੀਆਂ ਗੱਲਾਂ ਦਾ ਆਲਰੇਡੀ ਉੱਥੇ ਅਸਰ ਹੋਣਾ ਸ਼ੁਰੂ ਹੋ ਗਿਆ ਕੱਲ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਕਿ ਦਿੱਲੀ ਦੇ ਵਿੱਚ ਜਿਹੜੀ ਸਿੱਖਾਂ ਦੇ ਖਿਲਾਫ 1984 ਚ ਹਿੰਸਾ ਹੋਈ ਸੀ ਉਹਦੇ ਵਾਸਤੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਐਸ ਆਈ ਟੀ ਦਾ ਗਠਨ ਹੋਣ ਜਾ ਰਿਹਾ ਸਰਕਾਰ ਇਹ ਕਹਿ ਰਹੀ ਹੈ ਕਿ ਇਹਦੇ ਵਾਸਤੇ ਉਹਨਾਂ ਨੇ ਇੱਕ ਸੁਪਰੀਮ ਕੋਰਟ ਦੇ ਜੱਜ ਜਸਟਿਸ ਜੀ ਪੀ ਮਾਥੁਰ ਹੇਟ ਕਮੇਟੀ ਬਣਾਈ ਸੀ ਕਿ ਉਹ ਕਮੇਟੀ ਦੱਸੇ ਕਿ ਐਸਆਈਟੀ ਦੀ ਲੋੜ ਹੈ ਕਿ ਨਹੀਂ ਹੈ ਔਰ ਇਸ ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਕਿ ਐਸਆਈਟੀ ਬਣਨੀ ਚਾਹੀਦੀ ਹੈ ਪਰ ਇਹ ਸਭ ਨੂੰ ਪਤਾ ਵਾ ਕਿ ਇਸ ਮਸਲੇ ਪਿੱਛੇ ਅਸਲੀ ਕੌਣ ਆ ਅਰਵਿੰਦ ਕੇਜਰੀਵਾਲ ਜਦੋਂ 48 48 ਦਿਨਾਂ ਵਾਸਤੇ ਮੁੱਖ ਮੰਤਰੀ ਬਣੇ ਸੀ ਉਦੋਂ ਇਹਨਾਂ ਨੇ ਦਿੱਲੀ ਦੀ 84 ਦੀ ਹਿੰਸਾ ਦੇ ਖਿਲਾਫ ਇੱਕ ਐਸਆਈਟੀ ਦੀ ਸਿਫਾਰਿਸ਼ ਕੀਤੀ ਸੀ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਔਰ ਹੁਣ ਸ਼ਪਤ ਲੈਣ ਤੋਂ ਸਿਰਫ 2 ਦਿਨ ਪਹਿਲਾਂ ਸਰਕਾਰ ਐਸਆਈਟੀ ਬਣਾਉਣ ਜਾ ਰਹੀ ਹੈ ਇਹ ਜਿਹੜੀ ਐਸਆਈਟੀ ਬਣ ਰਹੀ ਹੈ ਇਦੇ ਕੋਲ ਕਾਫੀ ਪਾਵਰਸ ਹੋਣਗੀਆਂ ਇਹ ਸਿਰਫ ਸਿਫਾਰਿਸ਼ ਨਹੀਂ ਕਰ ਸਕਦੀ ਇਹ ਚਾਰ ਸ਼ੀਟ ਵੀ ਧਾਇਰ ਕਰ ਸਕਦੀ ਹੈ ਸੋ ਅੱਗੇ ਜਿਹੜੀਆਂ ਕਮੇਟੀਆਂ ਬਣਦੇ ਨੇ ਆ ਉਹਦੇ ਤੋਂ ਇਹਦੇ ਕੋਲ ਜ਼ਿਆਦਾ ਪਾਵਰਸ ਹੋਣਗੀਆਂ ਸੀ ਆਰ ਪੀ ਸੀ ਥੱਲੇ ਇਹ ਜਿਹੜੀ ਹੈ ਇਹਦੇ ਕੋਲ ਕੰਪਲੀਟ ਕ੍ਰਿਮੀਨਲ ਪ੍ਰੋਸੀਜਰ ਕੋਡ ਥਲੇ ਦੇ ਕੋਲ ਜਿੰਨੀਆਂ ਪਾਵਰਸ ਹੋਣੇ ਚਾਹੀਦੀਆਂ ਉਹ ਪਾਵਰਸ ਹੋਣਗੀਆਂ ਸਭ ਨੂੰ ਪਤਾ ਵਾ ਕਿ 1984 ਦੇ ਵਿੱਚ ਤਿੰਨ ਤੋਂ 4000 ਸਿੱਖ ਜਿਹੜੇ ਸੀ ਇਹ ਜਿਹੜੀ ਆਰਗੇਨਾਈਜ਼ ਹਿੰਸਾ ਸੀ ਇਹਦੇ ਵਿੱਚ ਮਾਰੇ ਗਏ ਸੀ ਇਨਾ ਚੋਂ ਕਰੀਬ 27-2800 ਸਿਰਫ ਦਿੱਲੀ ਦੇ ਵਿੱਚ ਹੀ ਮਾਰੇ ਗਏ ਸੀ ਉਸ ਤੋਂ ਬਾਅਦ 10 ਕਮਿਸ਼ਨ ਬਣੇ ਹੋਰ ਵੀ ਬਹੁਤ ਇਨਕੁਆਰੀਆਂ ਹੋਈਆਂ ਪਰ ਹਾਲੀ ਵੀ ਜਿਹੜੇ ਮੁੱਖ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਆ ਥੋੜੇ ਦੇਰ ਪਹਿਲਾਂ ਕੁਝ ਮਹੀਨੇ ਪਹਿਲਾਂ ਜਿਹੜੇ ਗ੍ਰਹਿ ਮੰਤਰੀ ਆ ਰਾਜਨਾਥ ਸਿੰਘ ਉਹਨਾਂ ਨੇ ਇੱਕ ਹਿੰਸਾ ਨੂੰ ਇੱਕ ਕਤਲੇਆਮ ਕਿਆ ਸੀ ਜੈਨੋਸਾਈਡ ਕਿਆ ਸੀਗਾ ਪਰ ਹਾਲੀ ਵੀ ਇਹਦੇ ਤੇ ਹੋਰ ਕੁਝ ਨਹੀਂ ਸੀ ਹੋਇਆ ਇਸ ਮਸਲੇ ਤੇ 4-500 ਇਨਸਾਈਡ 500 ਤੋਂ ਵੱਧ ਐਫਆਈਆਰਸ ਹੋਈਆਂ ਸੀ ਉਹਨਾਂ ਚੋਂ ਅੱਧੀਆਂ ਦੇ ਵਿੱਚ ਪੁਲਿਸ ਨੇ ਕਿਹਾਤਾ ਸੀ ਕਿ ਸਬੂਤ ਨਹੀਂ ਮਿਲੇ ਉਹਨਾਂ ਨੇ ਉਹ ਕਲੋਜ਼ ਕਰਤੀਆਂ ਸੀਗੀਆਂ ਅਨਟਰੇਸਟ ਕਰਤੀਆਂ ਸੀ ਉਹਨਾਂ ਨੂੰ ਹੁਣ ਤੱਕ ਇਹਦੇ ਤਕਰੀਬ ਸਿਰਫ 30 40 ਬੰਦਿਆਂ ਨੂੰ ਸਜ਼ਾਵਾਂ ਹੋਈਆਂ ਔਰ ਵੀ 13 ਕਿ 14 ਬੰਦਿਆਂ ਨੂੰ ਮੌਤ ਦੀਆਂ ਮੌਤ ਕਤਲ ਕਰਕੇ ਸਜ਼ਾਵਾਂ ਦਿੱਤੀਆਂ ਗਈਆਂ ਵਾ ਇਸੇ ਕਰਕੇ ਇਹ ਜਿਹੜਾ ਮਸਲਾ ਵਾ ਹਾਲੀ ਵੀ ਸੁਲਗ ਰਿਹਾ ਵਾ ਔਰ ਹੁਣ ਇਹਦੇ ਨਾਲ ਐਸਆਈਟੀ ਬਣਨ ਵਾਲਾ ਅਸੀਂ ਆਸ ਕਰਦੇ ਹਾਂ ਕਿ ਇਹਦੇ ਤੇ ਜ਼ਰੂਰ ਜਿਹੜੇ ਮੁੱਖ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਮੈਲ ਸਕਣ ਗਿਆ